ਮੇਰਾ ਨਾਮ ਸੁਲਤਾਨਾ ਹਾਂ ਕਿਹੜੀ ਹੈਗਾ ਮੇਰੇ ਗੋਬਿੰਦ ਸਰ ਵਾਰਡ ਨੰਬਰ 4 ਦੱਸੀ ਕੀ ਸਮੱਸਿਆ ਹੈ ਅੱਜ ਸਰ ਹਮਾਰੇ ਵਹਾਂ ਪੇ ਇੱਕ ਸਾਲ ਸੇ ਪਾਈਪ ਕਾ ਕਨੈਕਸ਼ਨ ਪਾਈਪ ਡਾਲ ਰਹੇ ਅਭੀ ਤੱਕ ਮਤਲਬ ਹਾਫ ਮੁਹੱਲੇ ਮੈਂ ਡਾਲਾ ਹਾਫ ਮੈਂ ਡਾਲਾ ਹੀ ਨਹੀਂ ਹੈ ਉੱਪਰ ਸੇ ਹਮਾਰੀ ਪਾਣੀ ਕੀ ਬਿਲਕੁਲ ਵੀ ਪਾਣੀ ਨਹੀਂ ਆ ਰਹਾ ਮਤਲਬ ਪਾਣੀ ਵੋ ਛੋੜ ਨਹੀਂ ਰਹੇ ਉਸੇ ਪਲੰਬਰ ਕੋ ਫੋਨ ਕਰਨਾ ਉਹ ਤੋ ਪਲੰਬਰ ਫੋਨ ਵੀ ਨਹੀਂ ਉਠਾ ਰਹਾ ਸੁਪਰਵਾਈਜ਼ਰ ਕੋ ਫੋਨ ਕਰਨਾ ਸੁਪਰਵਾਈਜ਼ਰ ਕੋ ਵੀ ਕੋਈ ਰਿਸਪੌਂਸ ਨਹੀਂ ਆ ਰਹਾ ਆਪ ਬਤਾਓ ਇਤਨੀ ਗਰਮੀ ਮੈਂ ਹਮ ਲੋਗ ਕੈਸੇ ਰਹੇਂਗੇ ਇਤਨੀ ਦੂਰ ਦੂਰ ਸੇ ਹਮੇ ਪਾਣੀ ਲਾਣਾ ਪੜ ਰਹਾ ਛੋਟੇ ਛੋਟੇ ਬੱਚੇ ਲੈ ਕੇ ਕਹਾਂ ਜਾਏਂਗੇ ਹਮ ਪਾਣੀ ਲੈਣੇ ਤੋ ਮਤਲਬ ਹਮੇ ਬਸ ਹਮਾਰੀ ਐਡਮਿਨਿਸਟ੍ਰੇਸ਼ਨ ਸੇ ਇਹ ਡਿਮਾਂਡ ਹੈ ਕਿ ਹਮੇ ਬਸ ਕਨੈਕਸ਼ਨ ਦੋ ਹਮੇ ਪਾਣੀ ਦੋ ਕਮ ਸੇ ਕਮ ਰੋਜ਼ ਕਾ 1 ਘੰਟਾ ਪਾਣੀ ਤੋ ਦੋ ਹਮੇ 1 ਘੰਟੇ ਬਹੁਤ ਹੈ ਪਾਣੀ ਹਾਂ ਸਰਕਾਰ ਨੇ ਕਰ 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 ਕੇ ਨਹੀਂ ਇਹ ਤਾਂ ਫਿਰ ਕਹਾਂ ਹੈ ਕਮ ਸੇ ਕਮ 1.5 ਮਹੀਨੇ ਸੇ ਪਾਣੀ ਆ ਹੀ ਨਹੀਂ ਰਹਾ ਹੈ ਕਹਿ ਰਹੇ ਥੇ ਕਿ ਮੋਟਰ ਖਰਾਬ ਹੈ ਚਲੋ ਵੀ ਮੋਟਰ ਵੀ ਠੀਕ ਹੋ ਗਿਆ ਮਤਲਬ ਅਬ ਤੋ ਪਾਣੀ ਦੋ ਅਬ ਤੋ ਪਾਣੀ ਦੋ ਹਮੇ ਇੱਕ ਤੋ ਹਮਾਰੇ ਜੋ ਪਾਈਪ ਕਾ ਕਨੈਕਸ਼ਨ ਡਾਲ ਰਹੇ ਹੋ ਕੰਪਲੀਟ ਕਰੋ ਹਮਾਰੇ ਘਰ ਤੱਕ ਪਾਈਪ ਕਾ ਕਨੈਕਸ਼ਨ ਡਾਲੋ ਆਧੀ ਗਲੀ ਤੱਕ ਡਾਲਾ ਆਧੀ ਗਲੀ ਤੱਕ ਡਾਲਾ ਨਹੀਂ ਹੈ ਪਲੰਬਰ ਕੋ ਬੜੀ ਵਾਰੀ ਬੋਲ ਦਿਆ ਹਮ ਲੋਗੋਂ ਨੇ ਸੁਪਰਵਾਈਜ਼ਰ ਕੋ ਵੀ ਬੋਲ ਦਿਆ ਹਮਾਰੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਇਸ ਲਈ ਅੱਜ ਹਮ ਲੋਗ ਮੀਡੀਆ ਕੇ ਜ਼ਰੀਏ ਬਾਤ ਆਪਣੇ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਾਣੀ ਕੀ ਮੇਰਾ ਨਾਮ ਆਸ਼ੀ ਹੈ ਹਮ ਦਮਿਸਰ ਮੇ ਰਹਤੇ ਹੈ ਪਾਣੀ ਕੀ ਸਮੱਸਿਆ ਹਮੇ ਪਾਣੀ ਚਾਹੀਏ ਸਰਕਾਰ ਨੇ ਹਰ ਜਗ੍ਹਾ ਜਗ੍ਹਾ ਨਲਕੇ ਦੀਏ ਫਿਰ ਕਿਉਂ ਨਹੀਂ ਲੱਗ ਰਹੇ ਹੈ ਛੋਟੇ ਛੋਟੇ ਬੱਚੇ ਲੈ ਕੇ ਕਹਾਂ ਜਾਏਂਗੇ ਹਮ ਕਿਤਨੀ ਦੇਰ ਹੋ ਗਈ ਪਾਣੀ ਸਾਲ 2 ਸਾਲ ਹੋ ਗਿਆ ਪਾਣੀ ਤੋਂ ਆਤਾ ਹੀ ਨਹੀਂ ਹਮਾਰੇ ਤੱਕ ਪਹੁੰਚਦਾ ਹੀ ਨਹੀਂ ਹੈ ਪਾਣੀ ਬੋਲਦੇ ਪਾਣੀ ਖੋਲਿਆ ਪਾਣੀ ਖੋਲਿਆ ਪਾਣੀ ਤੋਂ ਆ ਹੀ ਨਹੀਂ ਰਿਹਾ ਬਸ ਇਹੀ ਸਮੱਸਿਆ ਹਮਾਰੀ ਸਮੱਸਿਆ ਹੱਲ ਕਰ ਲੈ ਹਮ ਇਹੀ ਚਾਹਤੇ ਹੈ ਨਿਰਮਲ ਸਿੰਘ ਗੋਬਿੰਦ ਸਾਹਿਬ ਦਾ ਰਹਿਣ ਵਾਲਾ ਵਾਂ ਔਰ PHE ਡਿਪਾਰਟਮੈਂਟ ਦੀ ਐਡੀ ਬੁਰੀ ਹਾਲਤ ਹੈ ਕਿ ਕਿਹਾ ਨਹੀਂ ਜਾ ਸਕਦਾ ਸਾਡੀ ਸਰਕਾਰ ਵਾਅਦੇ ਕਰਦੀ ਹੈ ਕਿ ਅਸੀਂ ਘਰ ਘਰ ਨਲਕਾ ਘਰ ਘਰ ਪਾਣੀ ਘਰ ਘਰ ਜਲ ਪਹੁੰਚਾਵਾਂਗੇ ਪਤਾ ਨਹੀਂ ਉਹ ਕਿਹੜੇ ਘਰਾਂ 'ਚ ਪਾਣੀ ਜਾਂਦਾ ਸਾਨੂੰ ਤਾਂ ਕਦੇ ਦਿਖਾਈ ਨਹੀਂ ਦਿੰਦਾ ਸਾਡੇ ਲੋਕ ਨੇ ਵਿਚਾਰੇ ਬੂੰਦ ਬੂੰਦ ਦੀ ਪਾਣੀ ਦੀ ਤੋਂ ਤਰਸੇ ਕਰਦੇ ਆ ਔਰ ਇਹ ਕੱਲ੍ਹ ਇਕੱਠੇ ਹੋ ਕੇ ਸਾਰੇ ਜਣੇ ਸਰਪੰਚ ਸਾਹਿਬ ਕੋਲ ਵੀ ਆਏ ਆ ਇਹਨਾਂ ਨੇ ਸੁਪਰਵਾਈਜ਼ ਨੂੰ ਫੋਨ ਵੀ ਕੀਤਾ ਸੁਪਰਵਾਈਜ਼ ਨੇ ਬੋਲਿਆ ਜੀ ਮੈਂ ਕੱਲ੍ਹ ਤੀਕ ਪਾਣੀ ਦਾ ਹੱਲ ਕਰ ਦਿਆਂਗਾ ਹੁਣ ਉਹ ਫੋਨ ਹੀ ਨਹੀਂ ਉਠਾ ਰਹੇ ਪਤਾ ਨਹੀਂ ਕੀ ਮਜਬੂਰੀ ਉਹਨਾਂ ਦੀ ਕੋਈ ਸਮਝ ਨਹੀਂ ਆ ਰਹੀ ਅੱਜ ਤੋਂ 5 ਸਾਲ ਪਹਿਲਾਂ ਸਾਰਾ ਅਸਾਂ ਓਵਰਹੈਡ ਟੈਂਕ ਔਰ ਟਿਊਬਲ ਇੱਥੇ ਮਨਜ਼ੂਰ ਕਰਵਾਇਆ ਸੀ ਇਹਨਾਂ ਲੋਕਾਂ ਵਾਸਤੇ ਅਸੀਂ MLA ਸਾਹਿਬ ਕੋ ਗਏ ਉਹਨਾਂ ਨੇ ਮੰਤਰੀ ਸਾਹਿਬ ਨੇ ਇੱਥੇ ਮਨਜ਼ੂਰ ਵੀ ਕੀਤਾ ਲੇਕਿਨ ਉਹ ਕਈਆਂ ਲੋਕਾਂ ਨੇ ਜ਼ੋਰ ਪਾ ਕੇ ਪਤਾ ਨਹੀਂ ਉਹ ਕਿੱਧਰ ਲੈ ਗਏ ਆ ਉਹ ਟਿਊਬਲ ਔਰ ਓਵਰ ਹੈਡ ਟੈਂਕ ਵੀ ਉਹਦਾ ਵੀ ਕੋਈ ਪਤਾ ਨਹੀਂ ਚੱਲਦਾ ਔਰ ਫਿਰ ਕਈ ਜਗ੍ਹਾ ਤੇ ਸਿਫਾਰਿਸ਼ਾਂ ਵਾਲੀਆਂ ਜਗ੍ਹਾ ਤੇ ਨਾਲਾਂ ਵੀ ਪੈ ਗਈਆਂ ਸਾਰਾ ਪੈ ਗਈਆਂ ਸਾਡੇ ਚੱਕ ਰਾਮ ਸਿੰਘ ਔਰ ਗੋਬਿੰਦ ਸਰ ਇਹਨਾਂ ਦਾ ਮਹੱਲਾ ਹੈ ਕੋਈ ਪਾਈਪ ਨਹੀਂ ਪਈ ਕੋਈ ਲਾਸਟ ਘਰ ਨੇ ਪਾਣੀ ਦੀ ਬੂੰਦ ਤੱਕ ਨਹੀਂ ਆਉਂਦੀ ਅਸੀਂ ਆਪ ਜਾ ਕੇ ਦੇਖ ਕੇ ਆਏ ਹਾਂ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਇਹੀ ਰਿਕੁਐਸਟ ਕਰਦੇ ਹਾਂ ਕਿ ਘੱਟੋ ਘੱਟ ਜੋ ਵਾਅਦੇ ਕਰਦੇ ਕਿ ਘਰ ਘਰ ਪਾਣੀ ਪਹੁੰਚਾ ਦੇਵਾਂਗੇ ਕੰਢੀ ਦੇ ਇਲਾਕੇ ਦਾ ਕੀ ਹਾਲ ਹੁੰਦਾ ਹੋਊਗਾ ਜੇ ਮੇਨ ਗਾਂਵ ਹੈ ਤੁਹਾਡੇ ਗੋਬਿੰਦ ਸਰ ਦਾ ਇੱਥੇ ਹੀ ਪਾਣੀ ਨਹੀਂ ਹੈ ਬਾਕੀ ਤਾਂ ਮੈਨੂੰ ਕੋਈ ਸਮਝ ਨਹੀਂ ਆਉਂਦੀ ਵੀ ਕੀ ਹਾਲ ਹੁੰਦਾ ਉਹ ਪਰਮਾਤਮਾ ਹੀ ਪਹੁੰਚਾਏ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਘੱਟੋ ਘੱਟ ਸੁਪਰਵਾਈਜ਼ਰ ਕੱਲ੍ਹ ਵਾਅਦੇ ਕਰ ਰਿਹਾ ਸੀ ਮੈਂ ਪਾਣੀ ਭੇਜ ਦਿਆਂਗਾ ਪਾਣੀ ਆ ਜਾਏਗਾ ਉਹ ਹੀ ਆ ਕੇ ਦੇਖ ਹੀ ਲਏ ਕੋਈ ਸਾਨੂੰ ਇੰਨੀ ਤਸੱਲੀ ਹੋ ਗਈ ਚਲੋ ਗਾਉਂ ਮੈਂ ਪਾਣੀ ਨਹੀਂ ਹੈ ਪਾਣੀ ਕੀ ਸਮੱਸਿਆ ਬਹੁਤ ਹੈ ਲੋਕੋਂ ਕੋ ਪਾਣੀ ਕੇ ਲੀਏ ਦਰ ਬਦਰ ਭਟਕਣਾ ਪੜਤਾ ਹੈ ਜਬਕਿ ਇਹ ਕਠੂਆ ਇੱਕ ਮੇਨ ਸਟੇਸ਼ਨ ਹੈ ਜਹਾਂ ਡਿਸਟ੍ਰਿਕਟ ਹੈਡਕੁਆਟਰ ਹੈ ਹਮਾਰੇ ਯਹਾਂ ਸਰਕਾਰ ਬੜੇ ਬੜੇ ਵਾਅਦੇ ਕਰਤੀ ਹੈ ਕਿ ਹਮ ਘਰ ਘਰ ਨਲ ਔਰ ਜਲ ਜੋ ਹੈ ਲੋਕੋਂ ਕੋ ਪ੍ਰੋਵਾਈਡ ਕਰ ਰਹੇ ਹੈ ਲੇਕਿਨ ਗਰਾਊਂਡ ਪਰ ਦੇਖੋ ਤੋ ਕੁਛ ਵੀ ਨਹੀਂ ਹੈ ਮੈਂ ਸਰਕਾਰ ਸੇ ਜੇ ਪੁੱਛਣਾ ਚਾਹਤਾ ਹੂੰ ਐਡਮਿਨਿਸਟ੍ਰੇਸ਼ਨ ਸੇ ਜੇ ਪੁੱਛਣਾ ਚਾਹਤਾ ਹੂੰ ਕਿ ਜੋ ਸਰਕਾਰ ਕੇ ਜੋ ਵਾਅਦੇ ਹੋਤੇ ਹੈ ਜੋ ਇਤਨੇ ਵਾਅਦੇ ਸਰਕਾਰੇ ਹਮ ਸੇ ਕਰਤੀ ਹੈ ਵੋ ਕਹਾਂ ਜਾਤੇ ਹੈ ਜਬ ਵੋਟ ਆਤੇ ਹੈ ਤੋ ਬੋਲਤੇ ਹੈ ਬਿਜਲੀ ਫ੍ਰੀ ਪਾਣੀ ਫ੍ਰੀ ਲੇਕਿਨ ਜਬ ਵੋਟ ਹੋ ਜਾਤੇ ਹੈ ਤੋ ਫਿਰ ਲੋਕੋਂ ਕੋ ਨਾ ਪਾਣੀ ਹੈ ਨਾ ਬਿਜਲੀ ਹੈ ਅੱਜ ਛੋਟੇ ਛੋਟੇ ਬੱਚੇ ਲੈ ਕੇ ਜੇ ਬੱਚੀਆਂ ਕਹਾਂ ਜਾਏਂਗੀ ਪਾਣੀ ਕੇ ਲੀਏ ਔਰ ਕਿਸਕੇ ਪਾਸ ਜਾਏਂਗੀ ਕੋਈ ਵੀ ਨੁਮਾਇੰਦਾ
किसी भी पार्टी का जो नुमाइंदा है वो लोगों तक नहीं पहुंचता है। अगर ये लोग सरकार के दफ्तर में जाते हैं तो दफ्तर में कोई सुनवाई नहीं इनकी होती।